ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਲੰਡਨ ਵਿਖੇ ਇੱਕ ਕਾਰ ਰੈਲੀ ਕੱਢੀ ਜਾ ਰਹੀ ਹੈ ਜੋ ਇੰਡੀਆ ਦੇ ਵਿੱਚ ਸਿੱਖਾਂ ਦੇ ਫਾਰਮਰਾਂ ਦੇ ਮੁਸਲਮਾਨਾਂ ਦੇ ਹੋਰ ਘੱਟ ਗਏ ਦੇ ਉੱਪਰ ਅਤਿਆਚਾਰ ਹੋ ਰਿਹਾ ਹੈ ਜੋ ਕਾਲੇ ਕਾਨੂੰਨ ਵਾਰ ਵਾਰ ਬਣਾਏ ਜਾ ਰਹੇ ਹਨ ਉਹਨਾਂ ਨੂੰ ਰੋਕਣ ਵਾਸਤੇ ਕਾਨੂੰਨ ਰੱਦ ਕਰਨ ਵਾਸਤੇ ਔਰ ਪੰਜਾਬੀਆਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਆ ਲੰਡਨ ਵਿਖੇ ਕਾਰ ਰੈਲੀ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਬਹੁਤ ਵੱਡੀ ਸੰਗਤ ਸਮੂਹੀਅਤ ਕੀਤੀ ਗਈ ਹੈ। ਇਹ ਇੱਕ ਆਪਣਾ ਸਾਡਾ ਦਰਦ ਹੈ ਪੰਜਾਬ ਨਾਲ ਜੁੜਿਆ ਹੈ, ਪੰਜਾਬ ਦੇ ਕਿਸਾਨੀ ਪੰਜਾਬ ਦੇ ਗਰੀਬ ਭਾਈਚਾਰੇ ਨਾਲ ਜੁੜਿਆ ਸਾਡਾ ਦਰਦ ਹੈ ਜੋ ਇੱਥੇ ਲੋਕਾਂ ਵਿੱਚ ਅਸੀਂ ਉਹ ਆਪਣਾ ਪੇਸ਼ ਕਰ ਰਹੇ ਹਾਂ ਔਰ ਅਸੀਂ ਅਪੀਲ ਕਰਦੇ ਹਾਂ ਕਿ ਸਾਰੇ ਦੁਨੀਆ ਦਾ ਪੰਜਾਬੀ ਭਾਈਚਾਰਾ ਹਿੰਦੁਸਤਾਨ ਇੰਡੀਆ ਦਾ ਕੋਈ ਵੀ ਉੱਥੇ ਗਰੀਬ ਉਹ ਕਿਸਾਨ ਲੋਕ ਵੱਧ ਤੋਂ ਵੱਧ ਪ੍ਰੋਟੈਸਟ ਕਰਨ, ਵੱਧ ਤੋਂ ਮੁਜ਼ਾਹਰੇ ਕਰਨ ਤਾਂ ਕਿ ਇਹਦਾ ਅਸੀਂ ਪੂਰਨ ਤੌਰ 'ਤੇ ਵਿਰੋਧ ਕਰ ਸਕੀਏ। ਅੱਜ ਜੇ ਧੀਆਂ ਪੁੱਤ ਬਾਹਰ ਨੇ ਤੇ ਅੱਜ 3600 ਉਹਨਾਂ ਨੂੰ ਸਵਾਹਾਂ ਹੁੰਦੇ ਨੇ ਵੀ ਆਪਾਂ ਨੂੰ ਏਦਾਂ ਕਰਨਾ ਚਾਹੀਦਾ, ਸਾਨੂੰ ਆਹ ਬੀਜਣਾ ਚਾਹੀਦਾ, ਸਾਨੂੰ ਉਹ ਬੀਜਣਾ ਚਾਹੀਦਾ, ਇੰਗਲੈਂਡ ਦੇ ਵਿੱਚ ਏਦਾਂ ਹੁੰਦਾ, ਯੂਰਪ ਦੇ ਵਿੱਚ ਏਦਾਂ ਹੁੰਦਾ, ਪਰ ਗੱਲ ਹੈ ਕਿ ਹੁੰਦਾ ਸਭ ਕੁਛ ਹੈ ਪਰ ਵੇਚਣਾ ਕਿੱਥੇ ਹੈ। ਗੱਲ ਤਾਂ ਫਿਰ ਉੱਥੇ ਆਉਂਦੀ ਹੈ ਕਿ ਜੇ ਅੱਜ ਪੰਜਾਬ ਦੀ ਮੰਡੀ ਦੀ ਗੱਲ ਕਰਦੇ ਹਾਂ, ਨਵੇਂ ਮੰਡੀਕਰਨ ਦੀ ਗੱਲ ਕਰਦੇ ਹਾਂ, ਆਲੂ ਪਿਆਜ ਟਮਾਟਰ ਗੋਭੀ ਮਟਰ ਜਿਹੜੇ ਇਹ ਪੰਜਾਬ ਦੇ ਵਿੱਚ ਮੂਲੀਆਂ ਗਾਜਰਾਂ ਜਿਹੜੇ ਜ਼ਮੀਨਾਂ ਲੰਬੇ ਸਮੇਂ ਤੋਂ ਇਹ ਫਸਲ ਬੀਜ ਕੇ ਵੇਚਦੇ ਆ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਉਸ ਫਸਲ ਦੀ ਕੋਈ ਐਮ ਐਸ ਪੀ ਹੈ ਹੀ ਨਹੀਂ। ਜ਼ਮੀਨਾਂ ਚਲੇ ਗਈਆਂ ਅਸੀਂ ਕਿੰਨਿਆਂ ਨੂੰ ਪਵਾ ਸਕਦੇ, ਮੈਂ ਆਪਣਾ ਪਰਿਵਾਰ ਪਾ ਸਕਦਾ, ਮੈਂ ਹੋਰ ਕਿੰਨਿਆਂ ਨੂੰ ਸਪੋਰਟ ਕਰ ਸਕਦਾ। ਬਿਲਕੁਲ ਜੀ, ਅਸੀਂ ਪਿਛਲੇ 70 ਸਾਲ ਤੋਂ ਦੇਖ ਰਹੇ ਹਾਂ ਸਮੇਂ ਤੇ ਸਿਆਸਤਦਾਨਾਂ ਨੇ ਸਾਡੀ ਕੌਮ ਨੂੰ ਵੇਚਿਆ, ਆਨੰਦਪੁਰ ਮਤੇ ਚ ਨਾਂ ਰੱਖ ਕੇ ਬਾਜਪਾਈ ਉਦੋਂ ਵੀ ਇਹੋ ਚੀਜ਼ਾਂ ਸੀ, ਸਾਡੇ ਪਾਣੀਆਂ ਦੇ ਮਸਲੇ, ਸਾਡੇ ਲੋਕਾਂ ਦੇ ਸਿਹਤਾਂ ਦੇ ਮਸਲੇ, ਖਰਚਿਆਂ ਦੇ ਮਸਲੇ, ਕਰਜ਼ੇ ਦਿਨੋਂ ਦਿਨ ਪਹੁੰਚ ਮੁੱਚਾ ਰਹੇ ਚਾਹੁੰਦੇ ਉਹ ਪੰਜਾਬ ਜਿਹੜਾ ਹਿੰਦੁਸਤਾਨ ਨੂੰ ਵਿਕਸਿਤ ਕੇ ਰਿਹਾ ਹਿੱਸਾ ਅੱਜ ਤੋਂ ਕਰਜਾਈ ਹੋਈ ਆ। ਇਹ ਮਾੜੀਆਂ ਨੀਤੀਆਂ ਨੇ ਔਰ ਇਹ ਨੀਤੀਆਂ ਬੜੇ ਵੱਡੇ ਪੱਧਰ ਤੇ ਹੁਣ ਵੱਡੀਆਂ ਕੰਪਨੀਆਂ ਕੋਲ ਸਾਡੇ ਪੰਜਾਬ ਦੇ ਵਿੱਚ ਉਹਦੀਆਂ ਕੰਪਨੀਆਂ ਕੁਝ ਸਾਲ ਪਹਿਲੇ ਸ਼ੁਰੂ ਹੋ ਚੁੱਕੀਆਂ, ਜਿਹੜੇ ਲੋਕੀ ਅਸੀਂ ਸਰਚ ਕਰਦੇ ਦੇਖਦੇ ਪੜ੍ਹਦੇ ਉਹਨਾਂ ਨੂੰ ਬਿਲਕੁਲ ਕਦੇ ਮੇਰੇ ਖੁਦ ਪਿੰਡ ਦੇ ਵਿੱਚ 250 ਏਕੜ ਜ਼ਮੀਨ ਜਿਹੜੀ ਵਿਕੀ ਦਿੱਤੀ ਆ ਸੁਮਾ ਕੋਲ ਇੱਕ ਵੀ ਬੱਚੇ ਨੂੰ ਸਾਡੇ ਪਿੰਡ ਦੇ ਵਿੱਚ ਸਮਝੋ ਕਿਸੇ ਨੂੰ ਵੜਨੇ ਤੇ ਕੋਈ ਗੱਲ ਕਰਦੇ ਆ ਪਾਰਕਿੰਗ ਵੀ ਸੜਕ ਤੇ ਰੋਕੀ ਨਹੀਂ ਸਾਡੀ ਸੜਕ ਤੇ ਉਹ ਕਹਿੰਦੇ ਵੀ ਸਾਡੇ ਤੇ ਮੁਲਾਜ਼ਮ ਆ ਅਸੀਂ ਸਾਨੂੰ ਵੀ ਕਰ ਤੁਸੀਂ ਕੰਪਨੀ ਦੇ ਕੰਪਨੀ ਕਿਹਨੂੰ ਜਾ ਕੇ ਇੰਨਾ ਗੱਲ ਇਹ ਤਾਂ ਇੰਨਾ ਹਨੇਰੇ ਤੇ ਅਸੀਂ ਕੁਛ ਕਰ ਵੀ ਨਹੀਂ ਸਕਦੇ, ਕਿਸੇ ਕੋਰਟ 'ਚ ਨਹੀਂ ਜਾ ਸਕਦੇ ਹੁੰਦੇ। ਬਾਬਾ ਬੰਦਾ ਬਹਾਦਰ ਨੇ ਮੁਜ਼ਾਹਰਿਆਂ ਤੋਂ ਜਨਾ ਸਲਾਹ ਚੁੱਕੇ ਹੋਏ ਲੋਕਾਂ ਨੂੰ ਫਾਟਕ ਬਣਾਇਆ ਸੀ, ਪਰ ਅੱਜ ਅਸੀਂ ਕਿਤਨਾ ਇਹਨਾਂ ਜ਼ਮੀਨਾਂ ਆਪਣੀਆਂ ਉਹਨਾਂ ਨੂੰ ਦਿਆਂਗੇ।